ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਾਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕਿਆ ਨੜਕੀਤਾ ਇਹਨਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਇਹਨਾਂ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਤੇ ਤੇ ਗਰਵੜੀਆਂ ਤੇ ਚੜੇ ਬੰਦ ਬੰਦ ਕਟਵਾਏ ਹੋ ਪਰੀਆਂ ਲੋਹਾਈਆਂ ਤਨਿਆਰਿਆਂ ਨਾਲ ਫਿਰਾਏ ਗਏ ਸਿੱਖੀ ਸਿਦਕ ਕੈਸਾ ਸੁਆ ਸੰਗ ਨਿਭਾਇਆ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਨਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੋਂਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਨੇ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਤੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਰੀ ਦਾ ਦਾਰ ਜੀਓ ਜਿਹਨਾਂ ਗੁਰਧਾਮਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਤਿੰਨਾਂ ਸਭਨਾ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਕਰਨਾ ਨਿਧਾਨ ਅੰਤਰਜਾਮੀ ਸਤਿਗੁਰੂ ਨੇ ਉੱਟਿਆਂ ਦੇ ਉੱਟ ਨਿਗਤਿਆਂ ਦੇ ਗਤ ਨਿਪੱਤਿਆਂ ਦੇ ਪੱਥ ਨੇ ਆਸਰਿਆਂ ਦੇ ਆਸਰੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਆਪ ਜੀ ਕੇ ਹਜ਼ੂਰ ਸਰਬੱਤ ਸੰਗਤ ਦੀ ਬੇਨਤੀਆਂ ਮਹਾਰਾਜ ਦੇ ਪਾਤਸ਼ਾਹ ਜਿਹਾ ਤੇਰੀ ਲਿਖਿਆ ਤੇਹ ਹੁਕਮ ਕਮਾਹੇ ਕੱਲੇ ਆਵੈ ਨਾਨਕਾ ਸੱਦੇ ਉੱਠੀ ਜਾਏਦੇ ਮਹਾਂਵਾਕਾਂ ਅਨੁਸਾਰ ਮਹਾਰਾਜ ਦੇ ਪਾਤਸ਼ਾਹ ਸੇਵਕ ਪਰਿਵਾਰ ਦੇ ਮਾਤਾ ਪਿਤਾ ਪਿਤਾ ਭਾਈ ਗੁਰਦੇਵ ਸਿੰਘ ਜੀ ਮਾਤਾ ਹਰਬੰਸ ਕੌਰ ਜੀ ਮਹਾਰਾਜ ਦੇ ਪਾਤਸ਼ਾਹ ਚਲਾਣੇ ਕਰ ਗਏ ਸਨ ਮਹਾਰਾਜ ਦੇ ਪਾਤਸ਼ਾਹ ਉਹਨਾਂ ਦੇ ਸਾਰੇ ਹੀ ਪਰਿਵਾਰ ਵੱਲੋਂ ਆਪਣੇ ਮਾਤਾ ਪਿਤਾ ਦੀ ਯਾਦ ਨੂੰ ਮਨਾਉਂਦੇ ਹੋਏ ਸਲਾਨਾ ਵਰਸੀ ਨੂੰ ਜਾਣਦੇ ਹੋਏ ਮਹਾਰਾਜ ਦੇ ਪਾਤਸ਼ਾਹ ਧੁਰਕੀ ਬਾਣੀ ਆਈ ਧਿਆਨ ਸਗਲੀ ਚਿੰਤ ਮਿਟਾਈ ਦੇ ਸਾਰੇ ਹੀ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਆਰੰਭ ਕਰਾਏ ਸੀ ਮਹਾਰਾਜ ਦੇ ਪਾਤਸ਼ਾਹ ਆਪ ਜੀ ਮਹਾਨ ਕਿਰਪਾ ਦਾ ਸਦਕਾ ਇਸ ਸਮੇਂ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ ਮਹਾਰਾਜ ਦੇ ਪਾਤਸ਼ਾਹ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਅੱਗੇ ਤੋਂ ਸਤਿਗੁਰੂ ਜੀ ਉਹ ਸਮੱਤ ਬਖਸ਼ਣੀ ਸਰਬੱਤ ਹੀ ਪਰਿਵਾਰ ਦੀ ਬੇਨਤੀ ਹੈ ਮਹਾਰਾਜ ਦੇ ਪਾਤਸ਼ਾਹ ਸਾਰੇ ਹੀ ਪਰਿਵਾਰ ਨੇ ਜਿਸ ਸੁਭਾਵਨਾ ਕਰਕੇ ਆਪਦੀ ਸ਼ਰਨ ਤੱਕੀ ਹੈ ਪਰਿਵਾਰ ਦੀਆਂ ਸ਼ੁਭ ਮਨੋਕਾਮਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਕਰਨੀ ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ ਭਜਨ ਦਾ ਪ੍ਰਕਾਸ਼ ਕਰਨਾ ਗੁਰਸਿੱਖੀ ਜੀਵਨ ਨਾਮ ਬਾਣੀ ਨਾਲ ਜੋੜਨਾ ਮਹਾਰਾਜ ਦੇ ਪਾਤਸ਼ਾਹ ਸਤਿਗੁਰੂ ਜੀ ਉਹ ਭੋਗਾਂ ਨੂੰ ਮੁੱਖ ਰੱਖਦੇ ਹੋਏ ਸੇਵ ਪਰਿਵਾਰ ਵੱਲੋਂ ਬੇਅੰਤ ਸੇਵਾਵਾਂ ਭੇਟਾਵਾਂ ਹੋਈਆਂ ਆਪ ਜੀ ਨੂੰ ਪਛਾਕਿਆਂ ਦੀ ਸੇਵਾ ਸੇਵਕਾਂ ਦੀ ਸੇਵਾ ਥਾਏ ਪਾਉਣੀ ਲੈ ਕੇ ਲਾਉਣੀ ਮਹਾਰਾਜ ਦੇ ਪਾਤਸ਼ਾਹ ਇਸ ਸਮੇਂ ਭੋਗ ਨੂੰ ਮੁੱਖ ਰੱਖਦੇ ਹੋਏ ਮਾਤਾ ਹਰਬੰਸ ਕੌਰ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਪਿਤਾ ਗੁਰਦੇਵ ਸਿੰਘ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਸ੍ਰੀ ਸਹਿਜ ਪਾਠ ਦੇ ਭੋਗ ਦੇ ਉਪਰੰਤ ਸਰਬੱਤ ਹੀ ਪਰਿਵਾਰ ਵੱਲੋਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਸਾਜ ਕੇ ਹਾਜ਼ਰ ਹੋਈਆਂ ਆਪ ਜੀ ਕੋ ਭੋਗ ਲੱਗੇ ਸਰਬੱਤ ਸੰਗਤ ਨੂੰ ਆਪਣੇ ਹੁਕਮ ਤੇ ਚੱਲਣ ਦੇ ਬਲ ਬਦ ਬਖਸ਼ੋ ਜੋ ਜੀ ਆਪਦੀ ਚਰਨ ਸਰਨ ਆਵੈ ਸੋਰਾ ਜੀ ਜਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਸਤਿ ਸ੍ਰੀ ਅਕਾਲ
ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ 1100 ਰੁਪਏ ਆਪਣੇ ਭਾਈ ਤਾਰੂ ਸਿੰਘ ਸੁਸਾਇਟੀ ਨੂੰ, ਠੀਕ ਹੈ, ਜਿਹੜੇ ਆਪਾਂ ਗਰੀਬ ਲੜਕੇ ਦੀਆਂ ਸ਼ਾਦੀਆਂ ਕਰਦੇ ਹਾਂ ਉਹਨਾਂ ਵਾਸਤੇ ਆਪਣੇ ਪਰਿਵਾਰ, ਠੀਕ ਹੈ ਬਾਈ, ਠੀਕ ਹੈ ਠੀਕ ਹੈ ਵਾਹਿਗੁਰੂ 7 ਵਜੇ। ਸੋ ਜੀ, ਅਸੀਂ ਸਾਡੇ ਗੁਰਮੁਖ ਪਿਆਰਿਆਂ ਨੇ ਸੁਸਾਇਟੀ ਬਣਾਈ ਹੈ ਭਾਈ ਤਾਰੂ ਸਿੰਘ ਜੀ, ਜੋ ਕਿ ਅੱਖਾਂ ਦੇ ਕੈਂਪ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਹਾਂਜੀ ਕਰਾਉਂਦੇ ਹਾਂ, ਅਤੇ ਉਹਦੇ ਵਿੱਚ ਅਸੀਂ ਆਪਣੇ ਪਰਿਵਾਰ ਵੱਲੋਂ 1100 ਰੁਪਇਆ ਸੇਵਾ 'ਚ ਦੇ ਰਹੇ ਹਾਂ। ਕੱਲ੍ਹ ਜੱਜ ਦੇ ਵਿੱਚ ਕੋਈ ਅੱਖਾਂ ਦੇ ਆਪਰੇਸ਼ਨ ਵਾਲਾ ਹੋਵੇ ਤਾਂ ਕਹਿ ਦਿਓ, ਗੁਰੂ ਘਰ ਨਾਂ ਲਿਖਾ ਦੇਣ, ਫਿਰ ਆਪਾਂ ਆਪਰੇਸ਼ਨ ਕਰਵਾਉਣੇ ਹੈਗੇ ਆ, ਠੀਕ ਹੈ, ਟਾਈਮ ਲੈਣਾ ਉਹਨਾਂ ਤੋਂ, ਠੀਕ, ਅਤੇ ਜ਼ਰੂਰ ਸੇਵਾ ਦਿਓ, 2-4 ਆਪਰੇਸ਼ਨ ਜ਼ਰੂਰ ਦਿਓ, ਠੀਕ। ਸਤਿ ਸੋ ਬਾਬਾ ਜੀ ਦਾ ਅਸੀਂ ਹੁਕਮ ਵੀ ਅੱਖਾਂ ਦੇ ਆਪਰੇਸ਼ਨ ਜਿਹਨੇ ਕਰਾਉਣੇ ਤਾਂ ਗੁਰੂ ਘਰ ਗੰਗਾ ਵਿਖੇ ਅਸੀਂ ਨਾਲ ਖਾ ਸਕਦੇ ਹੋ, ਸਾਡੀ ਭਾਈ ਤਾਰੂ ਸਿੰਘ ਜਿਹੜੀ ਸੁਸਾਇਟੀ ਹੈ
ਇਹ ਗਰੀਬ ਲੜਕੀਆਂ ਦੀ ਮਦਦ ਕਰੋਨਾ ਦੇ ਰਾਹਤ ਸਮਿਤੀ ਦੇ ਵਿੱਚ ਚਾਹ ਪਾਣੀ ਦਾ ਸਾਰਾ ਪ੍ਰਬੰਧ ਕੀਤਾ ਸੀ ਅਤੇ ਗਰੀਬ ਲੜਕੀ ਨੇ ਸ਼ਾਦੀਆਂ ਅੱਖਾਂ ਦੇ ਕੈਂਪ ਜੋ ਵੀ ਮਾਨਵਤਾ ਵਾਸਤੇ ਚਾਹੀਦਾ ਉਹ ਸਾਡੀ ਸੁਸਾਇਟੀ ਸਾਡੇ ਜਿਹੜੇ ਗੁਰਮੁਖ ਪਿਆਰਿਆਂ ਨੇ ਬਣਾਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਪਰਮਾਤਮਾ ਇਹਨਾਂ ਦੀ ਕਮਾਈਆਂ 'ਚ ਬਰਕਤ ਕਰੇ। ਸੋ 1100 ਰੁਪਇਆ ਅਸੀਂ ਪਰਿਵਾਰ ਵੱਲੋਂ ਸੁਸਾਇਟੀ ਨੂੰ ਅੱਜ ਦਾਨ ਕਰ ਰਹੇ ਹਾਂ, ਜੋ ਕਿ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਜਾਂ ਜੋ ਵੀ ਧਾਰਮਿਕ ਮਨੁੱਖਤਾ ਲਈ ਕੰਮ ਹੁੰਦੇ ਹਨ ਉਹਦੇ ਵਾਸਤੇ। ਸੋ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅੱਜ ਫੜੀ ਬਣਾਈ ਹਾਂ ਲੈ ਕੇ ਆਏ ਜੀ, ਮੇਰਾ ਖਿਆਲ ਭਾਂਡਾ ਲੈਂਦਾ ਨਾ ਦੁੱਧ ਲਾ।